ਅੱਜ ਸਟੂਡੈਂਟਸ ਅਸੀਂ ਸ਼ਾਹਸੈਂਦਿਆਂ ਕਾਫੀਆਂ ਕਰ ਰਹੇ ਹਾਂ ਸ਼ਾਹਸੈਂ ਨੇ ਬੜੀ ਬੜੀ ਬੀਏ ਫਾਈਨਲ ਦੀ ਕਾਮ ਗੌਰਵ ਦੇ ਵਿੱਚ ਸ਼ਾਮਲ ਕਾਫੀਆਂ ਦੇ ਵਿੱਚੋਂ ਅਸੀਂ ਇਸ ਦਾ ਵਿਸ਼ਾ ਕਰਾਂਗੇ ਤੇ ਨਾਲ ਇਸ ਦੀ ਪ੍ਰਸੰਗ ਵਿਆਖਿਆ ਵੀ ਕਰ ਸਕਦੇ ਹਾਂ ਕਿਉਂਕਿ ਇਹ ਪੇਪਰ 'ਚ ਪ੍ਰਸੰਗ ਵਿਆਖਿਆ ਵੀ ਆ ਸਕਦੀ ਹੈ ਇਹ ਜਿਹੜੀ ਕਾਫੀ ਹੈ ਸਜਣ ਬਿਨ ਰਾਤੀ ਹੋਈਆਂ ਵੱਡੀਆਂ ਇਸ ਸ਼ਾਸੰਦਿ ਲਿਖੀ ਕਾਪੀ ਹੈ ਜੇ ਕਾਫ ਗੌਰਵ ਪੁਸਤਕ ਚ ਸ਼ਾਮਲ ਹੈ ਇਸ ਵਿੱਚ ਸ਼ਾਸੰ ਨੇ ਪ੍ਰਭੂ ਦੇਵ છોੜੇ ਵਿੱਚ ਤੜਪਰੇ ਜੀਵਾਤਮਾ ਦੀ ਗੱਲ ਕੀਤੀ ਹੈ ਚਾਹੇ ਵੇਖਣ ਦੇ ਵਿੱਚ ਸਲਟਨ ਸ਼ਬਦ ਸਾਨੂੰ ਸੰਸਾਰਕ ਲੱਗਦਾ ਹੈ ਮੰਨ ਲਓ ਕੋਈ ਔਰਤ ਆਪਣੇ ਪ੍ਰੇਮੀ ਜਾਂ ਪਤੀ ਲਈ ਸੱਜਣ ਸ਼ਬਦ ਦੀ ਇਸਤੇਮਾਲ ਕਰਦੀ ਹੈ ਪਰ ਇੱਥੇ ਇਸ ਦਾ ਸੰਬੰਧ ਜੀਵਾਤਮਾ ਜਿਹੜੀ ਆ ਉਹ अपने दुख बयान कर रही है कि सज्जन रूपी परमात्मा देवोड़े उस दया रात हैं भाव उसका जीवन औखा है मुश्किल है जीवन रूपी रात बहुत व्डी लग रही है तो जीवन एक तो जीवन विछोड़ा जिस करके वो विछोड़ा अंधेरे वाग लग रहा है अंधेरे वाग तो जीवन का यह पल उसखा है ਤੇ ਮਾਸ ਛੜੇ ਚੜ ਪਿੰਜਰ ਹੋਇਆ ਭਾਵ ਉਸ ਦਾ ਬਿਰਹਾ ਦੇ ਵਿੱਚ ਵਿਛੋੜੇ ਦੇ ਵਿੱਚ ਮਨ ਵੀ ਤੇ ਤਨ ਵੀ ਜਿਹੜਾ ਹੈ ਉਹ ਬਹੁਤ ਪਰੇਸ਼ਾਨਿਤ ਹੈ ਔਰ ਉਸ ਦਾ ਇਹ ਜਿਹਾ ਲੱਗ ਰਿਹਾ ਹੈ ਜਿਵੇਂ ਉਸ ਦੇ ਸਰੀਰ ਤੋਂ ਮਾਸ ਛੜ ਗਿਆ ਹੋਏ ਤੇ ਉਹ ਪਿੰਜਰ ਜਾਬੇ ਜਾਨ ਹੋ ਗਿਆ ਹੋਏ ਭਾਵ ਪ੍ਰਮਾਤਮਾ ਦੇ ਵਿਛੋੜੇ ਚ ਜੀਵਾਤਮਾ ਜਿਹੜੀ ਹੈ ਉਹ ਤੜਪਦੀ ਹੋਈ ਆਪਣਾ ਦੁੱਖ ਬਿਆਨ ਕਰਦੀ ਹੈ ਕਣਕਣ ਹੋਈਆਂ ਹੱਡੀਆਂ ਉਸ ਨੂੰ ਅਜ ਲੱਗਦਾ ਹੈ ਜਿਵੇਂ ਕਿਸੇ ਦੇ ਸਰੀਰ ਤੋਂ ਮਾਸ ਝੜ ਜਾਏ ਤੇ ਕੱਲਾ ਪਿੰਜਰ ਰਹਿ ਜਾਏ ਤੇ ਪਿੰਜਰ ਤੋਂ ਵੀ ਅੱਗੇ ਫਿਰ ਉਸ ਪਿੰਜਰ ਦੀਆਂ ਜਿਹੜੀਆਂ ਹੱਡੀਆਂ ਨੇ ਉਹ ਵੀ ਜੇ ਟੁਕੜੇ ਟੁਕੜੇ ਹੋ ਜਾਣ ਕਣਕਣ ਹੋ ਜਾਣ ਇਸ ਅਵਸਥਾ ਵਿੱਚ ਪਹੁੰਚ ਕੇ ਉਸ ਨੂੰ ਲੱਗ ਰਿਹਾ ਹੈ ਕਿ ਪ੍ਰਭੂ ਦਾ ਵਿਛੋੜਾ ਉਸ ਵਾਸਤੇ ਅਸਹਿ ਹੈ ਮਤਲਬ ਜੀਵਾਤਮਾ ਤੇ ਪਰਮਾਤਮਾ ਦੇ ਪ੍ਰੇਮ ਨੂੰ ਪ੍ਰਭੂ ਦੇ ਵਿਛੋੜੇ ਦੇ ਨਾਲ ਬਿਆਨ ਕੀਤਾ ਹੈ ਕਿ ਉਸ ਦਾ ਅਸਹਿ ਹੈ ਉਸ ਵਾਸਤੇ ਪ੍ਰਭੂ ਦਾ ਵਿਛੋੜਾ ਸਹਿਣਾ ਇਸ਼ਕ ਕਾ ਸੁਪਾਇਆ ਛੁਪਦਾ ਨਹੀਂ ਬਿਰਹ ਤਨਾਵਕ ਬਿਰਹੋਂ ਤਨਾਵਾ ਗੱਡੀਆਂ ਇਸ ਵਿੱਚ ਸ਼ਾਹ ਸਾਹਿਬ ਜੀ ਕਹਿੰਦੇ ਹੈ ਕਿ ਚਾਹੇ ਰੱਬ ਨਾਲ ਇਸ਼ਕ ਹੈ ਚਾਹੇ ਸੰਸਾਰਿਕ ਇਸ਼ਕ ਹੈ ਇਸ ਨੂੰ ਸੁਭਾਇਆ ਨਹੀਂ ਜਾ ਸਕਦਾ ਅਰਥਾਤ ਪ੍ਰਭੂ ਦੇ ਲਈ ਜੇ ਸਾਡੇ ਮਨ ਵਿੱਚ ਤੜਪ ਹੈ ਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਜ਼ਾਹਰ ਹੋ ਜਾਂਦੀ ਹੈ ਜੇਕਰ ਸਾਡਾ ਮਨ ਵਿੱਚ ਕਿਸੇ ਜੀਵ ਆਤਮਾ ਦੇ ਮਨ ਵਿੱਚ ਪਰਮਾਤਮਾ ਲਈ ਪ੍ਰੇਮ ਦੀ ਕੋਈ ਜਿੰਗ ਹੈ ਤੇ ਉਹ ਛੁਪਦੀ ਨਹੀਂ ਬਿਰਹੋਂ ਤਨਾਵਾ ਗੱਡੀਆਂ ਕਉਗੀ ਇਸ਼ਕ ਦਾ ਤੇ ਬਿਰਹਾ ਦਾ ਰਿਸ਼ਤਾ ਬਹੁਤ ਗੂੜਾ ਹੈ ਅਰਥਾਤ ਵਿਛੋੜਾ ਤੇ ਮਲਾਪ ਇਸ਼ਕ ਦੇ ਵਿੱਚ ਹੁੰਦਾ ਜਾਂਦਾ ਹੈ ਕਦੇ-ਕਦੇ ਮਨੁੱਖ ਦਾ ਮਾਨ ਪ੍ਰਭੂ ਦੇ ਨਾਲ ਜਦੋਂ ਜੁੜਦਾ ਤੇ ਉਸ ਦਾ ਮਲਾਪ ਦਾ ਵਸਲ ਦਾ ਅਨੁਭਵ ਕਰਦਾ ਹੈ ਤੇ ਜਦੋਂ ਉਸ ਦਾ ਮਨ ਉਸ ਤੋਂ ਦੂਰ ਹੁੰਦਾ ਹੈ ਤੇ ਉਸ ਨੂੰ ਇਸ ਤਰੀਕੇ ਨਾਲ ਵਿਛੋੜੇ ਦਾ ਅਹਿਸਾਸ ਹੁੰਦਾ ਹੈ ਤੇ ਬਿਰਹੋਂ ਰੂਪੀ ਤਣਾਵਾ ਜਿਹੜੀਆਂ ਹਨ ਉਹ ਗੱਡੀਆਂ ਹਨ ਪਾਵ ਬਿਰਹੋਂ ਨੇ ਵਿਛੋੜੇ ਦੇ ਦੁੱਖ ਨੇ ਦੇ ਉਸ ਜੀਵਾਤਮਾ ਨੂੰ ਬਹੁਤ ਪਰੇਸ਼ਾਨ ਕੀਤਾ ਹੈ ਜੋ ਪਰਮਾਤਮਾ ਦੇ ਲਈ ਆਪਣੇ ਮਨ ਤੜਪ ਰੱਖਦੀ ਹੈ ਰਾਜਾ ਜੋਗੀ ਮੈਂ ਜੋ ਗਿਆਨੀ ਕਮਲੀ ਕਰ ਕਰ ਸੱਡੀ ਇਸ ਵਿੱਚ ਸ਼ਾਸ ਹੈ ਨੇ ਰਾਜਾ ਪਰਮਾਤਮਾ ਨੂੰ ਕਿਹਾ ਹੈ ਤੇ ਆਪਣੇ ਆਪ ਨੂੰ ਹੀਰ ਕਹਿ ਕੇ ਇੱਕ ਜੋਗਣ ਗਿਆ ਹੈ ਜਿਹੜੀ ਜੋਗਣ ਆਪਣੇ ਪਰਮਾਤਮਾ ਦੇ ਵਿਛੋੜੇ ਵਿੱਚ ਤੜਪ ਰਹੀ ਹੈ ਪਾਉਰਪੋਦੇ ਲਈ ਬਹੁਤ ਸਾਰੇ ਦੁੱਖ ਸਾਰੇ ਇਹ ਕਮਲੀ ਕਰ ਕਰ ਸੱਡੀ ਪਾਵ ਉਹ ਜੀਵਾਤਮਾ ਜੋ ਰੱਬੀ ਪ੍ਰੇਮ ਦੇ ਵਿੱਚ ਮਸਤ ਹੈ ਤੇ ਉਸ ਜੀਵਾਤਮਾ ਨੂੰ ਉਸ ਪਰਮਾਤਮਾ ਨੇ ਉਸ ਪਰਮਾਤਮਾ ਦੇ ਪਿਆਰ ਨੇ ਉਸ ਨੂੰ ਕਮਲੀ ਕਰ ਦਿੱਤਾ ਹੈ ਪਾਵ ਬਿਰਹ ਬੜੀ ਜੀਵਾਤਮਾ ਹੈ ਉਹ 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 ਆਤਮਾ ਜਿਹੜੀ ਪਰਮਾਤਮਾ ਦੀ ਤਲਾਸ਼ ਰੇ ਭਟਕ ਰਹੀ ਹੈ ਉਹ ਉਸ ਤਰ੍ਹਾਂ ਕਮਲੀ ਹੈ ਜਿਸ ਤਰ੍ਹਾਂ ਹੀਰ ਰਾਂਝੇ ਦੇ ਇਸ਼ਕ ਵਿੱਚ ਕਮਲੀ ਸੀ ਤੇ ਜਿਸ ਨੇ संसार परवाह किन की ते बिना ही कोशिश की मालिक दा, दामन तेरे लग है। ते उसे न पिछे लगा है उसके अः लड़ लगा है भाव ओह अजीब इस रूप कहता है कि हे प्रभु परमांत वो तू मेरा पति है मेरा ਰਸਤਾ ਦਸਤ ਵਾਲਾ ਹੈ ਤੇਰੇ ਦਾਮਤ ਤੇਰੇ ਪਿੱਛੇ ਲੱਗੇ ਮੈਂ ਤੇਰੇ ਘਰ ਤੱਕ ਪਹੁੰਚਣਾ ਚਾਹੁੰਦੀ ਹਾਂ ਭਾਵੇਂ ਇਸ ਪੂਰੀ ਕਾਫੀ ਵਿੱਚ ਸ਼ਾਹ ਸੈਨੇ ਆਤਮਾ ਤੇ ਪ੍ਰਮਾਤਮਾ ਦੇ ਰਿਸ਼ਤੇ ਅਨੁਰਾਂਝਿਤ ਹੀਰ ਦੇ ਰਿਸ਼ਤੇ ਰਾਹੀ ਦੱਸਿਆ ਹੈ ਤੇ ਬਿਰਹਾ ਜਾਂ ਵਿਛੋੜਾ ਕਿਸ ਤਰ੍ਹਾਂ ਆਤਮਾ ਨੂੰ ਖਿੱਚ ਪਾਉਂਦਾ ਹੈ ਪ੍ਰਮਾਤਮਾ ਦੇ ਪ੍ਰੇਮ ਲਈ ਉਸ ਦਾ ਜ਼ਿਕਰ ਕੀਤਾ ਹੈ उसने कहा है कि उसका जो शरीरक तौर पर भी हो अपने प्रभु परमात्मा तो के दुखी है मानसिक तौर दुखी अगली काफी कोई करो गुमान मत कोई करो गुमान जो जोबन धन ठग है बहुत ही सदारण जहाँ है जिसके कवि ने नाश मानता की गल की धन जवानी सारा कुछ कवि अनुसार झूठा है कि सामू ਹੰਕਾਰ ਛੱਡ ਦੇਣਾ ਚਾਹੀਦਾ ਹੈ ਮਾਤ ਮਤਲਬ ਨਾ ਕਰੋ ਗਮਾਨ ਮਤਲਬ ਹੰਕਾਰ ਨਾ ਕਰੋ ਜੋ ਬੰਤ ਹਨ ਠੱਗ ਹੈ ਕਿਉਂਕਿ ਜੋਬਨ ਜਿਹੜਾ ਹੈ ਉਹ ਵੀ ਥੋੜੇ ਦਿਨ ਦਾ ਹੈ ਤੇ ਧਨ ਵੀ ਮਨੁੱਖ ਕੋਲ ਸਦੀਵੀ ਨਹੀਂ ਹੈ ਠੱਗ ਹੈ ਭਾਵ ਇਹ ਸਾਨੂੰ ਠੱਗਦੇ ਹਨ ਤੇ ਪ੍ਰਮਾਤਮਾ ਦਾ ਨਾਮ ਭੁਲਾ ਦਿੰਦੇ ਹਨ ਹੰਸਾਂ ਦੇ ਭੁਲਾਵੇ ਭੁੱਲੀ ਝੋਲੀ ਲੀਤਾ ਬਗ ਹੈ ਅਗਲੀ ਗੱਲ ਕਵੀ ਕਹਿ ਰਿਹਾ ਹੈ ਕਿ ਅਸੀਂ ਸੰਸਾਰ ਦੇ ਵਿੱਚ ਆ ਕੇ ਮਨੁੱਖ ਰੂਪੀ ਜਿਹੜਾ ਮਨੁੱਖ ਪਟਕ ਜਾਂਦਾ ਹੈ ਉਹ ਜੀਵਨ ਨੂੰ ਸੱਚ ਸਮਝ ਬੈਠਦਾ ਹੈ ਜਿਸ ਤਰ੍ਹਾਂ ਕੋਈ ਹੰਸ ਹੰਸ ਇੱਕ ਬਹੁਤ ਹੀ ਪਵਿੱਤਰ ਪੰਛੀ ਹੈ ਜਿਸ ਨੂੰ ਤੇ ਬਗਲਾ ਜਿਹੜਾ ਹੈ ਉਹ ਕੀੜੇ ਮਕੌੜੇ ਖਾਣ ਵਾਲਾ ਪੰਛੀ ਹੈ ਤਾਂ ਕਹਿੰਦਾ ਕਈ ਵਾਰ ਬਗਲੇ ਤੇ ਹੰਸ ਵਿੱਚ ਫਰਕ ਕਰਨਾ ਮੁਸ਼ਕਲ ਹੋ ਜਾਂਦਾ ਹੈ ਦੋਵੇਂ ਇੱਕੋ ਰੰਗ ਦੇ ਇੱਕੋ ਤਰ੍ਹਾਂ ਦੇ ਲੱਗਦੇ ਹਨ ਉਸੇ ਪ੍ਰਕਾਰ ਮਨੁੱਖ ਨੂੰ ਸੰਸਾਰ ਵਿੱਚ ਆ ਕੇ ਐਸਾ ਰਸਨੇ ਰਹਿਣ ਦਾ ਕਿ ਉਸ ਦਾ ਜਿਹੜਾ ਜੀਵਨ ਆਓ ਥੋੜੇ ਚਿਰਦਾ ਉਸ ਨੂੰ ਸੱਚ ਸਮਝ ਕੇ ਆਪਣੇ ਗਲੇ ਲਾ ਕੇ ਰੱਖਦਾ ਹੈ ਜਿਸ ਤਰ੍ਹਾਂ ਹੰਸ ਦੇ ਪਿਲੇਖੇ ਕੋਈ ਬਗਲੇ ਨੂੰ ਆਪਣੇ ਗਲ ਲਾ ਕੇ ਰੱਖਦਾ ਹੈ ਪੱਬਣ ਪੱਤਰ ਉੱਪਰ ਮੋਤੀ ਪੱਬਣ ਪੱਤਰ ਉੱਪਰ ਮੋਤੀ ਦਾ ਅਰਥ ਹੈ ਕਿ ਜਿਸ ਤਰ੍ਹਾਂ ਕਿਸੇ ਪੱਤੇ ਦੇ ਉੱਪਰ ਮੋਤੀ ਤ੍ਰੇਲ ਰੂਪੀ ਜਿਹੜਾ ਮੋਤੀ ਆ ਉਹ ਚਮਕਦਾ ਆ ਪਰ ਜਦੋਂ ਜਦੋਂ ਦੇਨ ਚੜਦਾ ਆ ਜਦੋਂ ਜਦੋਂ ਧੁੱਪ ਹੁੰਦੀ ਆ ਮੋਤੀ ਰੂਪੀ ਜਿਹੜਾ ਤ੍ਰੇਲ ਹੈ ਉਹ ਖਤਮ ਹੁੰਦੀ ਜਾਂਦੀ ਹੈ ਉਸੇ ਪ੍ਰਕਾਰ ਜੀਵਨ ਦੇ ਜੋ ਸਾਹ ਹਨ ਉਹ ਵੀ ਇੱਕ ਪੱਤੇ ਦੇ ਉੱਪਰ ਤਰੇਲ ਦੇ ੁੱਤਕੇ ਵਾਂਗ ਹਨ ਜੋ ਉਮਰ ਦੇ ਵਧਨ ਦੇ ਨਾਲ ਨਾਲ ਖਤਮ ਹੁੰਦੇ ਜਾਂਦੇ ਹਨ ਅਰਥਾਤ ਸਾਹ ਖਤਮ ਹੁੰਦੇ ਹਨ ਹਰ ਦਿਨ ਦੇ ਨਾਲ ਤੇ ਵੀ ਸਾਰਾ ਜੱਗ ਇਸ ਪ੍ਰਕਾਰ ਜਾਗ ਵੀ ਨਾਸ਼ਵਾਨ ਹੈ ਨਿੰਦਿਆ ਤਰੋਭ ਖੀਲੀ ਚੁਗਲੀ ਨਿੰਦਿਆ ਭਾਵ ਕਿਸੇ ਨੂੰ ਬੁਰਾ ਕਹਿਣਾ ਤਰੋ ਮਤਲਬ ਧੋਖਾ ਦੇਣਾ ਬਖੀਲੀ ਮਤਲਬ ਚੁਗਲੀ ਕਰਨੀ ਜਿਸੇ ਦੀ ਚੁਗਲੀ ਕਰਨੀ ਧੋਖਾ ਦੇਣਾ ਜਾਂ ਨਿੰਦਿਆ ਕਰਨੀ ਹਰ ਵੇਲੇ ਮਨੋਖੇ ਇਸ ਪਾਸੇ ਲੱਗਾ ਰਹਿੰਦਾ ਹੈ ਨਿਤ ਕਰਦਾ ਫਿਰਦਾ ਠੱਗ ਹੈ ਮਨੋਖ ਰੂਪੀ ਠੱਗ ਸਦਾ ਅਜੀਆਂ-ਅਜਈਆਂ ਖੇਡਾਂ ਖੇਡਦਾ ਅਜਈਆਂ ਬੇਈਮਾਨੀਆਂ ਧੋਖੇ ਕਰਦਾ ਫਿਰਦਾ ਹੈ ਉਸ ਨੂੰ ਨਹੀਂ ਪਤਾ ਕਿ ਉਹ ਅਜਿਹੀ ਬੁਰਾਈ ਕਰਕੇ ਆਪਣੇ ਆਪ ਨੂੰ ਛੁਟਿਆ ਰਿਹਾ ਹੈ ਉਸ ਨੂੰ ਜੀਵਨ ਦਾ ਅਰਥ ਸਮਝਣ ਦੀ ਲੋੜ ਹੈ ਕਹੇ ਹਸਨ ਸੇਈ ਜਗਾਏ ਜਿੰਨਾ ਪਛਾਤਾ ਰੱਬ ਹੈ ਸੰਸਾਰ ਅਨਸਾਰ ਉਹੀ ਅਸਲ ਵਿੱਚ ਸੰਸਾਰ ਦਾ ਫੇਰਾ ਉਹਨਾਂ ਲੋਕਾਂ ਦਾ ਸਫਲ ਹੈ ਸੰਸਾਰ 'ਚ ਉਹਨਾਂ ਲੋਕਾਂ ਦਾ ਉਹਨਾ ਸਫਲ ਹੈ ਜਿਨ੍ਹਾਂ ਨੇ ਰੱਬ ਦੀ ਪਛਾਣ ਕਰ ਲਈ ਹੈ ਤੇ ਸੰਸਾਰ ਦੀ ਨਾਸ਼ਵਾਨਤਾ ਪਦਾਰਥਾਂ ਦੇ ਔਗਣਾ ਦਾ ਜਿਨ੍ਹਾਂ ਨੂੰ ਪਤਾ ਲੱਗ ਗਿਆ ਹੈ ਉਹੀ ਅਸਲੀ ਇਨਸਾਨ ਇਸ ਸੰਸਾਰ ਵਿੱਚ ਆਉਣਾ ਉਹਨਾਂ ਦਾ ਸਫਲ ਹੈ ਇਸ ਪ੍ਰਕਾਰ ਇਸ ਸਾਰੀ ਕਾਫੀ ਚੈਸ ਜਿੱਥੇ ਸੰਸਾਰ ਦੀ ਨਾਸ਼ਮਤਾ ਦੱਸੀ ਹੈ ਉੱਥੇ ਸਾਨੂੰ ਹੰਕਾਰ ਕਰਨ ਤੋਂ ਰੋਕਿਆ ਗਿਆ ਹੈ ਜੋ ਬੰਦਾ ਤਾਂ ਦਾ ਹੰਕਾਰ ਕਰਨਾ ਬਿਲਕੁਲ ਵਿਅਰਥ ਹੈ ਤੇ ਜੀਵਨ ਨੂੰ ਉਸ ਤਰ੍ਹਾਂ ਸਿਪਲੇਖਾ ਸਮਝ ਕੇ ਬੈਠੇ ਜਿਸ ਤਰ੍ਹਾਂ ਕੋਈ ਜਿਹੜਾ ਹੈ ਹੰਸ ਦੇ ਪਲੇਖੇ ਬਗਲੇ ਨੂੰ ਹੀ ਆਪਣੇ ਝੋਲੀ ਵਿੱਚ ਲੈ ਕੇ ਬੈਠਾ ਹੋਵੇ ਅਰਥਾ ਪਲੇਖਿਆਂ ਦਾ ਸ਼ਿਕਾਰ ਹੋਵੇ ਤੇ ਜਿਸ ਤਰ੍ਹਾਂ ਪੱਤੇ ਉੱਪਰ ਪਿਆ ਤ੍ਰੇਲ ਦਾ ਪਾਣੀ ਬਹੁਤਾ ਸਮਾਂ ਟਿਕਿਆ ਨਹੀਂ ਰਹਿ ਸਕਦਾ ਇਸ ਤਰ੍ਹਾਂ ਇਹ ਜਗ ਵੀ ਨਾਸ਼ਵਾਨ ਹੈ ਤੇ ਦੁਗਜਾ ਦਾ ਧੋ ਕਰਨਾ ਧੋਖਾ ਕਰਨਾ ਸਾਰਾ ਇਹ ਮਨੁੱਖ ਇਸ ਤਰ੍ਹਾਂ ਜੀਵਨ ਗੁਜ਼ਾਰਦਾ ਹੈ ਤੇ ਅੰਤ ਵਿੱਚ ਕਵੀ ਅਨੁਸਾਰ ਜਿਨ੍ਹਾਂ ਨੇ ਰੱਬ ਨੂੰ ਪ੍ਰਾਪਤ ਕਰ ਲਿਆ ਹੈ ਉਹੀ ਹੈ ਉਹਨਾਂ ਦਾ ਜੀਵਨ ਹੋਣਾ ਸਫਲ ਹੈ ਜਿਨ੍ਹਾਂ ਨੇ ਸੰਸਾਰ ਵਿੱਚ ਆ ਕੇ ਪਰਮਾਤਮਾ ਨੂੰ ਸਮਝ ਲਿਆ ਹੈ ਪਛਾਣ ਲਿਆ ਹੈ ਤੇ ਆਪਣੇ ਮਨ ਦੇ ਉੱਪਰ ਜਿਨ੍ਹਾਂ ਨੇ ਕਾਬੂ ਪਾ ਲਿਆ ਹੈ ਉਹ ਹੀ ਇਨਸਾਨ ਜੀਵਨ ਚ ਸਫਲ ਬਣੇ ਜਾਂਦੇ ਹੈ